मुर्शिद मन मेरे वेच लाई हो, मुर्शिद मन मेरे वेच लाई हो। ये वाणी, ये वाणी अगर भाव साहब दी है, अगर भाव साहब दी शब्द या नाम कहते हैं, बहु साहब जी उसनों बोटी करके फरमा रहे। अलफ अल्लाह चंबे की बूटी, मुर्शद मन मेरे विच लाई हो। उसनों बूटी करके बहु साहब जी फरमाते हैं, वो बूटी साढ़े सारे दे अंदर लगी है। जिन्हों मुर्शद मिलया है, जिन्हों नाम दे दिता, बहु साहब ने उसनों बूटी किया। असी नाम या शब्द कहते हैं, सारे दे अंदर वो बूटी लगी है, लेकिन उसकी परवरिश, उसकी खुराक जेड़ी है, वो किसी किसी ने उसनों दिती है। और किसी की बूटी जेड़ी है वो फैली या फल फुल लगा है। जब तक उस बूटी नूं उसकी खुराक नहीं मिलती, उसकी परवरिश नहीं होती, वो बूटी बढ़ती फुलती नहीं। किसी पौधे वल तुसी देख लो, कोई भी तुसी लगाउंदे हो, जे उसकी खुराक तुसी ना दो तो क्या वो वधेगा या उसनों कोई फल फुल लगेगा? इस तरह हजरत बहु साहब जी इस बूटी का बयान कर रहे, फरमा रहे हैं कि मेरे मुर्शद ने मेरे अंदर एक बूटी लगा दीती है। हुण उसनों खुराक जी कादी खुराक चाहिए है? वो सत की खुराक चाहिए है, सील सदोक की खुराक चाहिए। जिस तरह असी बाहर फसलों खादा पाते हैं, साढ़े फसल वधदे, इस तरह उस बूटी नूं सत की खुराक चाहिए। जब सत की खुराक मिलेगी फिर वो बूटी वधे फुलेगी। जिन्हां गुरमुखां ने उस बूटी नूं सत की खुराक दिती, चाहे कोई हिंदू है, चाहे मुसलमान, चाहे कोई स्त्री पुरुष है, गरीब अमीर है, उसकी बूटी जरूर फुलेगी। पिछले इतिहास पढ़ के देखो, महापुरुष किसी भी समाज विचों होए, चाहे वह गरीब होए चाहे अमीर होए, जिन्होंने उस बूटी की खुराक दिती, उन्होंने वो बूटी बधी और उसनों फल फुल लगा। खुराक इसकी सत है, जब तक सत की खुराक इनू नहीं मिल रही, ये बूटी वधदी नहीं। बाणी विच लिखिया है सत नाम, सत का पहले जिक्र आया, पिछों नाम दा है। क्यों आया ये सत नाम? असी सारे कहने सत नाम, सत का जिक्र क्यों आया है? कि सत के बिना नाम नहीं रहता, तीसरा पानी के बिना फसल नहीं होता, सत के बिना ये नाम भी नहीं रहता। इस नाम के बदन फुलन वास्ते सानू सत की जरूरत है। हजरत बहु साहब जी अगली सुख विच फरमाउणगे कि केड़ा पानी इनू चाहिए, केड़ी खुराक चाहिए है। हाँ मुर्शद मन मेरे चलाई हो।
ਬਰਕਤ ਦਾ ਪਾਣੀ ਮਿਲੇ ਸੂ ਹਰ ਰੰਗ ਹਾਰ ਜਾਏ ਹੋ। ਗੁਰੂ ਸਾਹਿਬ ਜੀ ਜੋ ਫਰਮਾ ਰਹੇ ਠੀਕ ਫਰਮਾ ਰਹੇ ਹੈ ਕਿ ਨਫੀ ਅਸਵਾਦ ਦਾ ਪਾਣੀ ਮਿਲੇ ਸੂ, ਇਹਨੂੰ ਸਾਦੀ ਦਾ ਪਾਣੀ ਮਿਲੇਗਾ, ਫਿਰ ਇਹ ਬੂਟੀ ਵਧੇ ਫੁੱਲੇਗੀ ਔਰ ਰੰਗ ਵੀ ਜਾਏਗਾ ਔਰ ਇਸ ਨੂੰ ਫਲ ਫੁੱਲ ਲੱਗੇਗਾ। ਜਦ ਤੱਕ ਇਸ ਨੂੰ ਸਾਦੀ ਦਾ ਪਾਣੀ ਨਹੀਂ ਲੱਗਦਾ, ਇਹਨੇ ਤੇਰੇ ਬੂਟੀ ਜਿਹੜੀ ਹੈ ਵਧਦੀ ਨਹੀਂ। ਹਰੇਕ ਮਹਾਂਪੁਰਖਾਂ ਨੇ ਅੱਜ ਨਹੀਂ ਪਿਛਲੇ ਇਤਿਹਾਸ ਤੁਸੀਂ ਪੜ੍ਹੋ, ਉਹਨਾਂ ਦੀ ਇਹੀ ਖੁਰਾਕ ਦੱਸੀ ਹੈ। ਕਬੀਰ ਸਾਹਿਬ ਜੀ ਮਹਾਰਾਜ ਬਾਣੀ 'ਚ ਫਰਮਾਉਂਦੇ ਆ, ਸੱਤ ਗਿਆ ਸੋ ਕਿਆ ਰਿਹਾ, ਸੀਲ ਗਿਆ ਸਭ ਝਾੜ, ਭਗਤੀ ਖੇਤ ਕੈਸੇ ਬਚੇ ਜਬ ਟੁੱਟ ਗਈ ਹੈ ਬਾੜ। ਉਹ ਨਾਮ ਕਿਸ ਤਰ੍ਹਾਂ ਰਹਿ ਸਕਦਾ ਹੈ, ਭਗਤੀ ਦਾ ਖੇਤ ਕੈਸਾ ਕਿਸ ਤਰ੍ਹਾਂ ਰਹਿ ਸਕਦਾ ਹੈ ਜਦੋਂ ਸਾਡੀ ਵਾੜ ਟੁੱਟ ਜਾਏਗੀ। ਜਿਸ ਤਰ੍ਹਾਂ ਇਹ ਬਾਹਰ ਦੀ ਖੇਤੀ ਨੂੰ ਮਿਰਗ ਖਾ ਜਾਂਦੇ ਹੈ, ਇਸੇ ਤਰ੍ਹਾਂ ਸਾਡੇ ਅੰਦਰ ਵੀ ਮਿਰਗ ਬੈਠੇ ਹੈ। ਉਹ ਕਾਮ ਕ੍ਰੋਧ ਮੋਹ ਲੋਭ ਹੰਕਾਰ, ਉਹ ਮਿਰਗ ਸਾਡੀ ਭਗਤੀ ਨੂੰ ਖਾ ਜਾਣ, ਉਹ ਖੇਤ ਜਿਹੜਾ ਸਾਡਾ ਜਾੜ ਦੇਣਗੇ। ਉਹਨਾਂ ਵਾਸਤੇ ਸੰਤਾਂ ਮਹਾਂਪੁਰਖਾਂ ਨੇ ਦਿਨ ਰਾਤ ਕੋਰਸ ਕੀਤਾ ਹੈ, ਦਿਨ ਰਾਤ ਬੰਦਗੀ ਕੀਤੀ ਹੈ ਕਿ ਕਿਧਰੇ ਇਹ ਸਾਡੇ ਦੁਸ਼ਮਣ ਮਿਰਗ ਜਿਹੜੇ ਹੈ ਇਹ ਸਾਡੀ ਖੇਤੀ ਨੂੰ ਖਾ ਨਾ ਜਾ। ਸਵਾਮੀ ਦਯਾਨੰਦ ਜੀ ਨੂੰ ਕੋਈ ਉਹਨਾਂ ਦੀ ਸਮਾਧੀ ਲੱਗੀ ਸੀ, ਕਿਸੇ ਔਰਤ ਨੇ ਉਹਨੂੰ ਮੱਥਾ ਟੇਕਿਆ, ਉਹਦਾ ਮੁੜਕਾ ਜਿਹੜਾ ਸੀ ਉਹਦੇ ਉਹਨਾਂ ਦੇ ਚਰਨਾਂ ਨਾਲ ਲੱਗ ਗਿਆ। ਸੋ ਅੱਗੇ ਕਈ ਵਾਰ ਦੱਸਿਆ ਕਿ ਹਰ ਬੰਦੇ ਦਾ ਖੂਨ ਪਸੀਨਾ ਜਿਹੜਾ ਅਲੱਗ ਅਲੱਗ ਹੁੰਦਾ ਹੈ। ਜੈਸੇ ਅਸੀਂ ਖਾਣੇ ਖਾਂਦੇ ਹਾਂ, ਜੈਸੇ ਸਾਡੇ ਖਿਆਲਾਤ ਹੁੰਦੇ ਹੈ, ਇਸੇ ਤਰ੍ਹਾਂ ਦਾ ਸਾਡਾ ਖੂਨ ਪਸੀਨਾ ਹੁੰਦਾ। ਕਈਆਂ ਦਾ ਖੂਨ ਪਸੀਨਾ ਠੀਕ ਹੁੰਦਾ, ਕਈਆਂ ਦਾ ਜ਼ਹਿਰੀਲਾ ਹੁੰਦਾ ਹੈ ਜਿਹੜਾ ਨੁਕਸਾਨਬੰਦ ਹੁੰਦਾ ਹੈ। ਜਦੋਂ ਸਮਾਧੀ ਖੁੱਲ੍ਹੀ ਸਵਾਮੀ ਜੀ ਨੂੰ ਪਤਾ ਲੱਗ ਗਿਆ, ਉਹਨਾਂ ਸਾਰੀ ਰਾਤ ਸੁੱਤੇ ਨਹੀਂ, ਸਾਰੀ ਰਾਤ ਜਾਗਦੇ ਰਹੇ। ਕਿਧਰੇ ਇਹ ਮੈਨੂੰ ਅਸਰ ਨਾ ਕਰ ਜਾਏ, ਇਹ ਮੁੜਕਾ ਜਿਹੜਾ ਲੱਗਾ ਹੈ ਮੈਨੂੰ ਅਸਰ ਨਾ ਕਰ ਜਾਏ, ਮੇਰਾ ਸੱਤ ਭੰਗ ਨਾ ਹੋ ਜਾਏ, ਇਸ ਵਾਸਤੇ ਉਹ ਜਾਗਦੇ ਰਹੇ। ਇਸੇ ਤਰ੍ਹਾਂ ਮਹਾਂਪੁਰਖ ਦਿਨ ਰਾਤ ਕਮਾਈ ਕਰਦੇ ਹੈ, ਕਿਸ ਵਾਸਤੇ? ਉਸ ਸੱਤ ਵਾਸਤੇ। ਜਿਹਨਾਂ ਦੇ ਦਰਬਾਰ ਵਿੱਚ ਤੁਸੀਂ ਬੈਠੇ ਹੋ ਉਹਨਾਂ ਦੀ ਹਿਸਟਰੀ ਸਾਰੀ ਜਾਣਦੇ ਹੀ ਹੋ ਕਿ 40 ਸਾਲ ਉਹਨਾਂ ਇਹ ਟੱਕ ਕਮਾਈ ਕੀਤੀ, ਦਿਨ ਰਾਤ ਉਸ ਸੱਤ ਨੂੰ ਕਾਇਮ ਕੀਤਾ, ਇਹ ਕਮਾਈ ਕੀਤੀ ਕਿ ਸੱਤ ਨੂੰ ਕਾਇਮ ਕੀਤਾ। ਜਦ ਸੱਤ ਆਇਆ ਤਾਂ ਨਾਮ ਆ ਗਿਆ, ਕਿਉਂਕਿ ਸੱਤ ਨਾਮ, ਜਦੋਂ ਸੱਤ ਆਇਆ ਤਾਂ ਨਾਮ ਵੀ ਆ ਗਿਆ ਭਾਈ। ਜਿੱਥੇ ਸੱਤ ਨਹੀਂ ਉੱਥੇ ਨਾਮ ਕਿੱਦਾਂ ਆਏਗਾ? ਨਾਮ ਕੋਈ ਗੱਲਬਾਤ ਨਹੀਂ, ਕੋਈ ਲਫ਼ਜ਼ ਨਹੀਂ ਕਿ ਅਸੀਂ ਪੜ੍ਹ ਲੈਣੇ ਹੈ, ਉਹ ਇੱਕ ਸ਼ਕਤੀ ਹੈ, ਤਾਕਤ ਹੈ, ਉਹ ਬਦੇ ਹੈ, ਉਸਦਾ ਕੋਈ ਦੇਹ ਨਹੀਂ। ਕੋਈ ਦੇਹ ਹੋਵੇ ਕਿਸੇ ਚੀਜ਼ ਦਾ ਅਸੀਂ ਉਹਨੂੰ ਫੜ ਲਈਏ, ਲੇਕਿਨ ਉਹਦਾ ਕੋਈ ਦੇਹ ਨਹੀਂ। ਜੋ ਹਜ਼ਰਤ ਬਹੁ ਸਾਹਿਬ ਦੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਕਿ ਨਸੀ ਸਪਾਤ ਦਾ ਪਾਣੀ ਮਿਲੇ, ਕਿਹੜਾ ਪਾਣੀ ਮਿਲੇ? ਸਾਬਤੀ ਦਾ ਪਾਣੀ, ਸਿਦਕ ਦਾ ਪਾਣੀ ਮਿਲੇ, ਫਿਰ ਉਹ ਬੂਟੀ ਜਿਹੜੀ ਉਹ ਵਧੇ ਫੁੱਲੇ। ਅੰਦਰ ਬੂਟੀ ਮੁਸ਼ਕਾ
ਹਜ਼ਰਤ ਬਹੁ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਅੰਦਰ ਬੂਟੀ ਮੁਸ਼ਕ ਮਚਾਇਆ ਜਾ ਫੁੱਲਣ ਪਰ ਆਈ ਹੋ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਤੁਸੀਂ ਹਜ਼ਾਰ ਕਨਸਰ ਜਵਾਂ ਦੇ ਭਰ ਕੇ ਅੰਦਰ ਰੱਖ ਦਿਓ, ਤੁਹਾਨੂੰ ਕੋਈ ਖੁਸ਼ਬੋ ਹੀ ਨਹੀਂ ਆਏਗੀ। ਪਰ ਜਦੋਂ ਤੜਕਾ ਤੁਸੀਂ ਇੱਕ ਛੜਾਕੀ ਦਾ ਵੀ ਲਗਾ ਦਿਓ ਤਾਂ ਸਾਰੇ ਹੱਲੇ ਮਹੱਲੇ ਦੇ ਵਿੱਚ ਉਹਦੀ ਖੁਸ਼ਬੋ ਹੀ ਚਲਾ ਜਾਂਦੀ ਹੈ। ਉਹ ਬੂਟੀ ਤੁਸੀਂ ਬਾਹਰ ਦਰੱਖਤਾਂ ਨੂੰ ਦੇਖਦੇ ਹੋ, ਜਦੋਂ ਉਹਨਾਂ ਨੂੰ ਫੁੱਲ ਪੈਂਦੇ ਹੈ ਉਹਦੇ ਪਿੱਛੇ ਰੋਡੇ ਜੇ ਪੈ ਜਾਂਦੇ ਹੈ, ਜਿਤਨੇ ਚਿਰ ਉਹਦੇ ਮੂੰਹ ਮਿੱਟੇ ਹੁੰਦੇ ਹੈ ਬੰਦ ਹੁੰਦੇ ਹੈ ਉਹਨਾਂ 'ਚੋਂ ਖੁਸ਼ਬੋ ਹੀ ਨਹੀਂ ਆਉਂਦੀ। ਜਦੋਂ ਉਹਨਾਂ ਫੁੱਲਾਂ ਦੇ ਮੂੰਹ ਖੁੱਲ੍ਹਦੇ ਹੈ ਉਹਦੇ ਵਿੱਚੋਂ ਫਿਰ ਮਾਇਕ ਆਉਂਦੀ ਹੈ, ਉਹ ਖੁਸ਼ਬੋਈ ਜਿਹੜੀ ਹੈ ਉਹਨੂੰ ਕੋਈ ਕਬਜ਼ੇ 'ਚ ਨਹੀਂ ਕਰ ਸਕਦਾ। ਕਈ ਵਾਰ ਅੱਗੇ ਦੱਸਿਆ ਕਿ ਬਗੀਚੇ ਵਾਲੇ ਬਗੀਚੇ ਦੀ ਹਿਫਾਜ਼ਤ ਕਰਦੇ ਹੈ, ਵਾੜਾਂ ਦਿੱਤੀਆਂ ਹੁੰਦੀਆਂ, ਦੀਵਾਰਾਂ ਦਿੱਤੀਆਂ ਹੁੰਦੀਆਂ ਨੇ, ਪਰ ਖੁਸ਼ਬੋਈ ਨੂੰ ਕਬਜ਼ੇ ਨਹੀਂ ਕਰ ਸਕਦੇ। ਹੋਰ ਆ ਜਾਂਦਿਆਂ ਨੂੰ ਵੀ ਖੁਸ਼ਬੋਈਆਂ ਆ ਜਾਂਦੀਆਂ ਨੇ, ਉਹਨਾਂ ਦੇ ਲਾਗਿਓਂ ਵੀ ਕੋਈ ਲੰਘੇਗਾ ਉਸਨੂੰ ਵੀ ਉਹਦੀ ਖੁਸ਼ਬੋਈ ਆ ਜਾਏਗੀ। ਸੰਤਾਂ ਮਹਾਂਪੁਰਖਾਂ ਦੇ ਅੰਦਰ ਜਦੋਂ ਉਹ ਸ਼ਕਤੀ ਆਈ, ਉਹ ਤਾਕਤ ਆਏ, ਉਹ ਬੂਟੀ ਫੁੱਲੀ, ਉਹਦੀ ਬਾਹਰ ਖੁਸ਼ਬੋਈ ਦੇਸਾਂ ਪ੍ਰਦੇਸਾਂ 'ਚ ਚਲਾ ਜਾਂਦੀ। ਉਸ ਖੁਸ਼ਬੋਈ ਨੂੰ ਕੋਈ ਆਪਣੇ ਕਬਜ਼ੇ ਨਹੀਂ ਕਰ ਸਕਦਾ। ਪਰ ਜੋ ਗੁਰੂ ਸਾਹਿਬ ਜੀ ਪਿਛਲੇ ਸ਼ਬਦਾਂ ਵਿੱਚ ਫਰਮਾਇਆ ਹੈ, ਜਦ ਤੱਕ ਸਾਨੂੰ ਉਸ ਬੂਟੀ ਨੂੰ ਅਸੀਂ ਉਹ ਪਾਣੀ ਨਹੀਂ ਦਿੰਦੇ, ਸਾਬਤੀ ਦਾ ਪਾਣੀ ਨਹੀਂ ਦਿੰਦੇ, ਇੰਨੇ ਚਿਰ ਬੂਟੀ ਫੁੱਲ ਨਹੀਂ ਸਕਦੀ ਅਤੇ ਉਹਦੀ ਮਹਿਕ ਸਾਨੂੰ ਆ ਨਹੀਂ ਸਕਦੀ। ਜਦ ਉਸ ਬੂਟੀ ਨੂੰ ਸਾਬਤੀ ਦਾ ਪਾਣੀ ਲੱਗੇਗਾ ਉਹ ਬੂਟੀ ਫੁੱਲੇਗੀ, ਉਹਦੀ ਮਹਿਕ ਦੇਸਾਂ ਪ੍ਰਦੇਸਾਂ 'ਚ ਚਲਾ ਜਾਏਗਾ। ਔਰ ਹਜ਼ਾਰਾਂ ਜੀਵ ਉਸ ਖੁਸ਼ਬੋਈ ਦਾ ਫਾਇਦਾ ਲੈਣਗੇ। ਕਬੀਰ ਸਾਹਿਬ ਦੇ ਪਾਸ ਇੱਕ ਵਾਰ ਸਿੱਧ ਗਏ, ਸਿੱਧਾਂ ਨੇ ਕਿਹਾ ਚਲੋ ਜੀ ਹਰਿਦੁਆਰ ਦਾ ਮੇਲਾ ਆਇਆ ਹੈ, 12 ਸਾਲ ਦੇ ਬਾਅਦ ਇਹ ਮੇਲਾ ਆਇਆ ਹੈ, ਜੇ ਚਲੋ ਇਹ ਮੇਲਾ ਦੇਖੀਏ। ਕਬੀਰ ਸਾਹਿਬ ਨੇ ਫਰਮਾਇਆ ਕਿ ਉਸ ਮੇਲੇ ਵਿੱਚ ਕੀ ਮਿਲਦਾ ਹੈ। ਉਹਨਾਂ ਨੇ ਕਿਹਾ ਕਿ ਉਸ ਮੇਲੇ ਵਿੱਚ ਬੜੀ ਬੜੀ ਦੂਰੋਂ ਸਾਧੂ ਸੰਤ ਮਹਾਤਮਾ ਆਉਂਦੇ, ਉਹਨਾਂ ਦੇ ਪਾਸ ਇੱਕ ਐਸੀਆਂ ਬੂਟੀਆਂ ਹੁੰਦੀਆਂ ਨੇ ਜਿਹਨਾਂ ਨੂੰ ਇੱਕ ਵਾਰ ਰਗੜ ਕੇ ਪੀ ਲਓ ਅਤੇ 8 ਪਹਿਰ ਉਹਨਾਂ ਦਾ ਨਸ਼ਾ ਰਹਿੰਦਾ ਹੈ। ਕਬੀਰ ਸਾਹਿਬ ਜੀ ਮਹਾਰਾਜ ਨੇ ਫਰਮਾਇਆ ਕਿ ਉਸ ਦੇ ਬਾਅਦ ਫਿਰ ਕੀ ਕਰਾਂਗੇ, 8 ਪਹਿਰ ਦੇ ਬਾਅਦ ਕੀ ਕਰਾਂਗੇ। 8 ਪਹਿਰ ਦੇ ਨਸ਼ਾ ਹੋਇਆ, 8 ਪਹਿਰ ਦੇ ਬਾਅਦ ਫਿਰ ਨਸ਼ਾ ਉਤਰ ਗਿਆ। ਕਬੀਰ ਸਾਹਿਬ ਜੀ ਮਹਾਰਾਜ ਆਪਣੀ ਹਾਲਤ ਦੱਸੀ, ਉਹਨਾਂ ਨੇ ਕਿਹਾ ਕਿ ਸਾਡੇ ਮੁਰਸ਼ਦ ਨੇ ਵੀ ਇੱਕ ਸਾਨੂੰ ਬੂਟੀ ਦਿੱਤੀ ਹੈ, ਪਰ ਉਸਦਾ 12 ਮਹੀਨੇ ਨਸ਼ਾ ਰਹਿੰਦਾ ਹੈ। ਉਹਨਾਂ ਸਾਧੂਆਂ ਨੇ ਪੁੱਛਿਆ ਕਿ ਮਹਾਰਾਜ ਉਹ ਬੂਟੀ ਤੁਸੀਂ ਕਦੀ ਸਾਨੂੰ ਦੱਸੀ ਨਹੀਂ, ਉਹ ਕਿੱਥੇ ਹੈ, ਬੂਟੀ ਕਿੱਥੇ ਤੁਸੀਂ ਰੱਖੀ ਹੈ। ਤੋ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਫਰਮਾਉਂਦੇ ਹੈ, ਹਮਰੇ ਮੁਰਸ਼ਦ ਇੱਕ ਬੂਟੀ ਦੀ ਨੀ, ਉਹ ਬੂਟੀ ਹਮਰੇ ਮਨਮੇ ਕੀ ਨੀ। ਮੇਰੇ ਮੁਰਸ਼ਦ ਨੇ ਬੂਟੀ ਦਿੱਤੀ ਹੈ, ਉਹ ਬੂਟੀ ਮੇਰੇ ਮਨ ਦੇ ਵਿੱਚ ਅੰਦਰ ਮਿਕਸ ਹੋ ਗਈ ਹੈ ਔਰ ਰੋਮ ਦੇ ਰੋਮ ਦੇ ਵਿੱਚ ਅਤਰ ਗਈ ਹੈ। ਹਮਰੇ ਮੁਰਸ਼ਦ ਇੱਕ ਬੂਟੀ ਦੀ ਨੀ, ਉਹ ਬੂਟੀ ਹਮਰੇ ਮਨਮੇ ਕੀ ਨੀ। ਪਾਂਚ ਨਾਗ 25 ਸਨਾਗਣਾ, ਹਾਂ ਕਾਇਆ ਨਗਰ ਇੱਕ ਅਵਜ ਬੰਗਲਾ, ਉਸਮੇ ਗੁਪਤ ਧਰੀ। ਪਾਂਚ ਨਾਗ 25 ਸਨਾਗਣਾ,
ਸੰਗਤ ਤੁਰ ਮਰੀ। ਸਾਧੂਆਂ ਨੇ ਪੁੱਛਿਆ ਕਿ ਉਹ ਬੂਟੀ ਤੁਸੀਂ ਕਿੱਥੇ ਰੱਖੀ ਹੈ? ਉਹਨਾਂ ਫਿਰ ਇਸੇ ਸਰੀਰ ਦਾ ਇਸ਼ਾਰਾ ਦਿੱਤਾ ਕਿ ਐਸੇ ਸਰੀਰ ਦੇ ਵਿੱਚ ਇਹ ਕਾਇਆ ਨਗਰ ਇੱਕ ਬਹੁਤ ਖੂਬਸੂਰਤ ਬੰਗਲਾ ਹੈ। ਇਹੋ ਜਿਹਾ ਬੰਗਲਾ ਕੋਈ ਬੰਦਾ ਨਹੀਂ ਬਣਾ ਸਕਦਾ। ਜਦੋਂ ਵੀ ਇਹ ਬੰਗਲਾ ਡਿੱਗ ਜਾਂਦਾ ਹੈ ਤਾਂ ਕੋਈ ਬਣਾ ਨਹੀਂ ਸਕਦਾ ਇਸ ਨੂੰ। ਇਹ ਕੁਦਰਤ ਦਾ ਬਣਾਇਆ ਹੋਇਆ ਮਕਾਨ ਹੈ, ਇਹਦੇ ਵਿੱਚ ਮੈਂ ਰੱਖੀ ਹੈ। ਸਾਧੂਆਂ ਨੇ ਪੁੱਛਿਆ, ਮਹਾਰਾਜ ਉਹਦਾ ਫਾਇਦਾ ਕੀ ਹੈ? ਉਹਦਾ ਫਾਇਦਾ ਇਹ ਹੈ, ਪੰਜ ਨਾਗ ਪੱਚੀਸ ਨਾਗਣਾ ਸੁੰਗਤ ਤੁਰਤ ਮਰੀ, ਪੰਜ ਨਾਗ ਕਾਮ ਕ੍ਰੋਧ ਲੋਭ ਮੋਹ ਹੰਕਾਰ ਔਰ ਪੰਜ ਪੰਜ ਇਹਨਾਂ ਦੀਆਂ ਪਕਿਰਤੀਆਂ, ਇਹ ਨਾਗਣਾ ਨੇ ਉਹ ਪੱਚੀਸ ਨੇ। ਜਦੋਂ ਹਮਲਾ ਕਰਦੇ ਹੈ ਸਾਰੇ ਇਕੱਠੇ ਹੋ ਕੇ ਉਸ ਬੂਟੀ ਨੂੰ ਜਦੋਂ ਸੁੰਘਦੇ ਆ ਤਾਂ ਸਾਰੇ ਹੀ ਮਰ ਜਾਂਦੇ ਆ ਔਰ ਸਾਨੂੰ 12 ਮਹੀਨੇ ਦਾ ਨਸ਼ਾ ਰਹਿੰਦਾ। 12 ਮਹੀਨੇ ਦਾ ਸਾਨੂੰ ਨਸ਼ਾ ਰਹਿੰਦਾ ਹੈ ਭਾਈ। ਇਸ ਬੂਟੀ ਨੂੰ ਅਸੀਂ ਕੀ ਕਰਨਾ ਹੈ ਕਿ ਜਿਸ ਦਾ ਨਸ਼ਾ ਅੱਠਾਂ ਪੈਰਾਂ 'ਚ ਖਤਮ ਹੋ ਜਾਏ? ਸਾਨੂੰ ਉਹ ਬੂਟੀ ਚਾਹੀਦੀ ਹੈ ਕਿ ਜਿਸ ਦਾ ਨਸ਼ਾ 12 ਮਹੀਨੇ ਰਹੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਫਰਮਾਇਆ ਹੈ, ਝੂਠਾ ਮਦ ਮੋੜ ਨਾ ਪੀਜੀਏ, ਉਤਰ ਜਾਏ ਪ੍ਰਭਾਤ, ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸਾਨੂੰ ਉਸ ਸ਼ਰਾਬ ਦੀ, ਉਸ ਮਦ ਦੇ ਪੀਣ ਦੀ ਜ਼ਰੂਰਤ ਹੈ ਕਿ ਜਿਹਦਾ ਨਸ਼ਾ 12 ਮਹੀਨੇ ਰਹੇ। ਜਿਹੜਾ ਪ੍ਰਭਾਤ ਵੇਲੇ ਉਤਰ ਜਾਣਾ ਉਹਦਾ ਕੀ ਫਾਇਦਾ ਹੈ? ਸਾਰਿਆਂ ਮਹਾਂਪੁਰਖਾਂ ਨੇ, ਹਾਏ ਕੋਈ ਹਿੰਦੂ ਹੈ, ਮੁਸਲਮਾਨ ਹੈ, ਕੋਈ ਗਰੀਬ ਹੈ ਜਾਂ ਅਮੀਰ ਹੈ, ਜਿਹਨਾਂ ਦੇ ਅੰਦਰ ਉਹ ਸ਼ਕਤੀ ਆਈ, ਉਹ ਤਾਕਤ ਆਈ, ਉਹਨਾਂ ਨੇ ਬਾਹਰ ਬਿਆਨ ਕੀਤਾ, ਉਹਨਾਂ ਨੇ ਦੱਸ ਦਿੱਤਾ ਕਿ ਭਾਈ ਉਸ ਬੂਟੀ ਦੇ ਬਿਨਾਂ, ਉਸ ਪਾਣੀ ਦੇ ਬਿਨਾਂ ਉਹ ਬੂਟੀ ਫੁੱਲੇਗੀ ਨਹੀਂ, ਉਹਨੂੰ ਫਲ ਨਹੀਂ ਲੱਗੇਗਾ। ਜੇ ਫਲ ਨਹੀਂ ਲੱਗਾ ਤਾਂ ਸਿੱਖਾਵਾਂਗੇ ਕੀ? ਅਸੀਂ ਪੌਦੇ ਲਗਾਉਂਦੇ ਹਾਂ, ਫਲਦਾਰ ਬੂਟੇ ਲਗਾਉਂਦੇ ਹਾਂ, ਕਈ ਸਾਲ ਉਹਦੀ ਸੇਵਾ ਕਰਦੇ ਹਾਂ, ਅਗਰ ਉਹਨੂੰ ਫਲ ਨਾ ਲੱਗੇਗਾ ਕੀ ਫਾਇਦਾ ਹੈਗਾ? ਪਰ ਸੇਵਾ ਜਿਸ ਢੰਗ ਨਾਲ ਅਸੀਂ ਕਰਨੀ ਹੈ ਉਸ ਢੰਗ, ਉਸ ਤਰੀਕੇ ਨਾਲ ਨਹੀਂ ਕਰਦੇ ਜਿਸ ਤਰ੍ਹਾਂ ਹਜ਼ਰਤ ਬਹੁ ਸਾਹਿਬ ਜੀ ਫਰਮਾ ਰਹੇ ਹੈ ਕਿ ਉਹਨੂੰ ਸੱਤ ਦਾ ਪਾਣੀ ਚਾਹੀਦਾ। ਜਿਹਨੂੰ ਸੱਤ ਦਾ ਪਾਣੀ ਮਿਲੇਗਾ ਉਹ ਬੂਟੀ ਵਧੇ ਫੁੱਲੇਗੀ, ਜਿਸ ਨੂੰ ਸੱਤ ਦਾ ਪਾਣੀ ਨਹੀਂ ਮਿਲੇਗਾ ਉਹਦੀ ਬੂਟੀ ਠੀਕ ਲੱਗੀ ਹੈਗੀ ਹੈ ਲੇਕਿਨ ਲੱਗੀ ਰਹੇਗੀ, ਉਹਨੂੰ ਫਲ ਨਹੀਂ ਲੱਗੇਗਾ। ਹਾਏ ਅੰਦਰ ਬੂਟੀ ਮੁਸ਼ਕ ਮਾਣ ਪਰ ਆਏ ਜੀਵੇ ਮੁਰਸ਼ਦ ਕਾਮਲ ਜੀ। ਹੁਣ ਉਸ ਬੂਟੀ ਦੀ ਤਾਰੀਫ ਕਰਦੇ ਹੋਈ ਅਤੇ ਜਿਸ ਨੇ ਬੂਟੀ ਲਗਾਈ ਹੈ ਹੁਣ ਉਹਨਾਂ ਦੀ ਤਾਰੀਫ ਕਰ ਰਹੇ। ਪਹਿਲਾਂ ਬੂਟੀ ਦੀ ਤਾਰੀਫ ਕੀਤੀ ਹੈ, ਆਖਰ ਬੂਟੀ ਕਿਸੇ ਲਗਾਈ ਹੈ? ਬੂਟੀ ਆਪਣੇ ਆਪ ਨਹੀਂ ਲੱਗੀ, ਉਹ ਕਿਸ ਨੇ ਲਾਈ ਹੈ? ਮੁਰਸ਼ਦ ਨੇ। ਹੁਣ ਮੁਰਸ਼ਦ ਦੀ ਤਾਰੀਫ ਹਜ਼ਰਤ ਬਹੁ ਸਾਹਿਬ ਜੀ ਫਰਮਾ ਰਹੇ, ਜੀਵੇ ਮੁਰਸ਼ਦ ਕਾਵਲ ਵਾਓ ਜੈ ਇਹ ਬੂਟੀ ਲਾਈ। ਮੇਰਾ ਮੁਰਸ਼ਦ ਹਮੇਸ਼ਾ ਜਿੰਦਾ ਰਹਿਣਾ ਚਾਹੀਦਾ ਹੈ, ਜਿਸ ਨੇ ਮੇਰੇ ਅੰਦਰ ਇਹ ਬੂਟੀ ਲਗਾਈ। ਮੁਰਸ਼ਦ ਹਮੇਸ਼ਾ ਹੀ ਜਿੰਦਾ ਰਹਿੰਦਾ ਹੈ, ਇਹ ਸਿਰਫ ਸਾਡੀਆਂ ਅੱਖਾਂ ਦਾ ਪਰਦਾ ਹੈ, ਅਸੀਂ ਦੇਖ ਨਹੀਂ ਸਕਦੇ ਕਿਉਂਕਿ ਉਹ ਸ਼ਬਦ ਵਿਆਸੀ ਮਹਾਂਪੁਰਖ ਜਿਹੜੇ ਹੈ ਉਹ ਸ਼ਬਦ ਰੂਪ ਹੋ ਜਾਂਦੇ ਹੈ। ਅਸੀਂ ਦੇਹ ਰੂਪ ਦੇ ਵਿੱਚ ਉਹਨਾਂ ਨੂੰ ਲੱਭਦੇ ਫਿਰਦੇ ਹਾਂ, ਉਹ ਨਹੀਂ ਲੱਭ ਸਕਦੇ। ਉਹ ਜਦ ਅਸੀਂ ਕਮਾਈ ਕਰਾਂਗੇ, ਸ਼ਬਦ ਰੂਪ ਵਿੱਚ ਆਵਾਂਗੇ, ਉਹ ਸਾਨੂੰ ਜ਼ਰੂਰ ਸ਼ਬਦ ਰੂਪ ਵਿੱਚ ਨਜ਼ਰ ਆਉਣਗੇ। ਪਿਛਲੇ ਇਤਿਹਾਸ ਪੜ੍ਹ ਕੇ ਤੁਸੀਂ ਦੇਖੋ, ਹਰ ਬੰਦਾ ਵਕਤ ਦਾ ਫਾਇਦਾ ਨਹੀਂ ਲੈਂਦਾ, ਸੋ ਵਕਤ ਦੇ ਬਾਅਦ ਅਸੀਂ ਉਹਨਾਂ ਨੂੰ ਲੱਭਦੇ ਫਿਰਦੇ ਹਾਂ। ਕ੍ਰਿਸ਼ਨ ਮਹਾਰਾਜ ਜੀ ਆਏ
ਵਕਤ ਪਰ ਫਾਇਦਾ ਨਹੀਂ ਲਿਆ ਅਤੇ ਬਾਅਦ ਵਿੱਚ ਲੋਕ ਉਹਨੂੰ ਢੂੰਡਦੇ ਫਿਰਦੇ ਹੈ। ਕੋਈ ਮਥੁਰਾ ਜਾਂਦਾ ਹੈ, ਕੋਈ ਦੁਆਰਕਾ ਜਾਂਦਾ ਹੈ, ਕੋਈ ਗੋਕੁਲ 'ਚ ਜਾਂਦਾ ਹੈ ਉਹਨਾਂ ਨੂੰ ਲੱਭਣ ਵਾਸਤੇ। ਉਹਨਾਂ ਨੂੰ ਲੱਭਣ ਵਾਸਤੇ ਜਾਂਦੇ ਹੈ। ਇਸੇ ਤਰ੍ਹਾਂ ਸ਼੍ਰੀ ਰਾਮ ਚੰਦਰ ਮਹਾਰਾਜ ਜੀ ਆਏ, ਵਕਤ ਦਾ ਫਾਇਦਾ ਨਹੀਂ ਲਿਆ, ਲੇਕਿਨ ਬਾਅਦ ਵਿੱਚ ਅਸੀਂ ਉਹਨਾਂ ਨੂੰ ਉਹਨਾਂ ਦੇ ਆਸ਼ਰਮ ਜਾਂ ਉਹਨਾਂ ਦੀ ਜਗ੍ਹਾ ਤੋਂ ਅਸੀਂ ਲੱਭਦੇ ਫਿਰਦੇ ਹਾਂ। ਚਾਹ ਉਹ ਦੇਹ ਰੂਪ ਵਿੱਚ ਨਹੀਂ ਆਏਗੀ, ਨਾ ਉਹ ਦੇਹ ਰੂਪ ਵਿੱਚ ਮਿਲਣਗੇ। ਇਸੇ ਤਰ੍ਹਾਂ ਹੋਰ ਮਹਾਤਮਾ ਦੀਆਂ ਤੁਸੀਂ ਉੱਧਰ ਧਿਆਨ ਦਿਓ, ਉਹਨਾਂ ਦੀਆਂ ਸਾਖੀਆਂ ਪੜ੍ਹੋ, ਬਾਣੀਆਂ ਪੜ੍ਹੋ। ਅਸੀਂ ਸਾਰੇ ਉਹਨਾਂ ਨੂੰ ਢੂੰਡ ਰਹੇ ਹਾਂ, ਲੇਕਿਨ ਵਕਤ ਦਾ ਫਾਇਦਾ ਨਹੀਂ ਲਿਆ। ਜਦ ਅਸੀਂ ਉਹਨਾਂ ਕੋਲੋਂ ਫਾਇਦਾ ਲੈਣਾ ਸੀ, ਉਹ ਫਾਇਦਾ ਨਹੀਂ ਲਿਆ। ਗੁਰੂ ਸਾਹਿਬ ਜੀ ਇਹਨੇ ਹਜ਼ਰਤ ਬਹੁ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਹੈ, ਠੀਕ ਫਰਮਾ ਰਿਹਾ ਹੈ ਕਿ ਮੇਰਾ ਮੁਰਸ਼ਦ ਜਿਹੜਾ ਹੈ ਉਹ ਜਿੰਦਾ ਰਹਿਣਾ ਚਾਹੀਦਾ ਹੈ ਹਮੇਸ਼ਾ ਵਾਸਤੇ, ਜਿਸ ਨੇ ਮੇਰੇ ਅੰਦਰ ਇਹ ਬੂਟੀ ਲਗਾਈ। ਜੀਵੇ ਮੁਰਸ਼ਦ ਪਾਂਬਲਾ ਬੂਟੀ ਲਾਈ ਅੱਲਾ ਪੜਿਆ ਪੜਹਾ ਬੁਝ ਹੁਣ ਅਸੀਂ ਸਾਰੀ ਦੁਨੀਆ ਕਿਸ ਹਿਸਾਬ 'ਚ ਪੈ ਗਏ ਪੜ੍ਹਨ ਪੜ੍ਹਾਉਣ ਦੇ ਵਿੱਚ। ਪੜ੍ਹ ਪੜ੍ਹ ਕੇ ਅਸੀਂ ਆਲਮ ਫਾਜ਼ਲ ਬਣ ਗਏ, ਲੇਕਿਨ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਨਹੀਂ, ਪਰਦਾ ਪੈ ਗਿਆ। ਜਿਸ ਕੰਮ ਵਾਸਤੇ ਅਸੀਂ ਪੜ੍ਹਨਾ ਸੀ ਉਹ ਕੰਮ ਨਹੀਂ ਕੀਤਾ, ਅਸੀਂ ਹੋਰ ਪਾਸੇ ਹੋ ਗਏ। ਕਿਸ ਵਾਸਤੇ ਪੜ੍ਹਦੇ ਰਹੇ? ਮਾਇਆ ਵਾਸਤੇ। ਉਹਦੇ ਤਾਲੋ ਬਣ ਗਏ, ਉਹਦੇ ਮੁਹਤਾਜ ਹੋ ਗਏ। ਅਸੀਂ ਜਿਹੜੀ ਪੜ੍ਹਾਈ ਕਰਨੀ ਸੀ ਅਸੀਂ ਉਹ ਆਪਣੀ ਵਿਸਤਰੀ ਵਾਸਤੇ, ਆਪਣੇ ਫਾਇਦੇ ਵਾਸਤੇ, ਆਪਣੇ ਜੀਵਨ ਨੂੰ ਸੁਕਾਰ ਕਰਨ ਵਾਸਤੇ ਕਰਨੀ ਸੀ, ਲੇਕਿਨ ਉਹ ਕੰਮ ਸਾਡੇ ਪਾਸੋਂ ਰਹਿ ਗਿਆ। ਹਾਂਜੀ ਅੱਲਾ ਪੜਿਆ ਪੜਹਾ ਬੁਝ ਪੜ ਪੜ ਆਲਮ ਫਾਜ਼ਲ ਹੋਏ ਤਾਲਬ ਹੋਇਆ ਜਰਦਾ। ਹਜ਼ਰਤ ਬਹੁ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ, ਪੜ ਪੜ ਆਲਮ ਫਾਜ਼ਲ ਹੋਇਆ ਵੀ ਤਾਲਬ ਹੋਇਆ ਜਰਦਾ। ਇਹ ਮਾਇਆ ਦਾ ਤਾਲੁਕ ਬਣ ਗਿਆ। ਮਾਇਆ ਕਮਾਉਣ ਵਾਸਤੇ ਇਹ ਬੇਲਮਾਂ ਨੂੰ ਠੱਗ ਠੱਗ ਕੇ ਖਾਣਾ ਸ਼ੁਰੂ ਕਰ ਦਿੱਤਾ। ਤਾਂ ਤੁਸੀਂ ਦੇਖੋ ਜਿਹੜੇ ਇਲਮਦਾਰ ਉਹ ਬੇਲਮਾਂ ਨੂੰ ਠੱਗ ਰਹੇ, ਚਾਹੇ ਅਦਾਲਤਾਂ ਵਿੱਚ ਦੇਖੋ ਔਰ ਸ਼ਹਿਰ ਬਾਜ਼ਾਰਾਂ ਵਿੱਚ ਦੇਖੋ, ਉਸ ਇਲਮ ਦੀ ਤਾਕਤ ਨਾਲ ਬੇਲਮਾਂ ਨੂੰ ਇੱਕ ਅੰਨੇ ਬਣਾ ਦਿੱਤਾ ਔਰ ਉਹਨਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ। ਪੜ ਪੜ ਆਲਮ ਫਾਜ਼ਲ ਹੋਏ ਤਾਲਬ ਹੋਇਆ ਜਰਦਾ। ਲੱਖ ਹਜ਼ਾਰ ਕਿਤਾਬਾਂ ਪੜ੍ਹਿਆ ਆਲਮ ਨਫਸ ਨਾ ਮਰਦਾ। ਹਜ਼ਰਤ ਬਹੁ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ ਭਾਈ, ਲੱਖਾਂ ਹਜ਼ਾਰਾਂ ਤੁਸੀਂ ਕਿਤਾਬਾਂ ਪੜ੍ਹ ਲਓ, ਉਹ ਸਾਡੇ ਅੰਦਰ ਨਫਸ ਮਨ ਜਿਹੜਾ ਹੈ ਅਸੀਂ ਉਸ ਨੂੰ ਮਨ ਕਹਿੰਦੇ ਹਾਂ ਔਰ ਮੁਸਲਮਾਨਾਂ ਨੇ ਉਹਨੂੰ ਨਫਸ ਕਰਕੇ ਕਿਹਾ ਹੈ। ਉਹ ਨਫਸ ਸਾਡੇ ਅੰਦਰ ਜਿਹੜਾ ਜ਼ਾਲਮ ਹੈ, ਉਹ ਚੋਰ ਸਾਡੇ ਅੰਦਰ ਬੈਠਾ, ਉਹ ਕਦੀ ਨਹੀਂ ਮਰਦਾ। ਤੁਸੀਂ ਲੱਖਾਂ ਹਜ਼ਾਰਾਂ ਕਿਤਾਬਾਂ ਪੜ੍ਹ ਲਓ, ਉਹਦੇ ਨਾਲ ਉਹ ਨਹੀਂ ਮਰੇਗਾ, ਉਹਦੀ ਤਾਕਤ ਵੱਧਦੀ ਜਾਏਗੀ। ਨਫਸ ਦੀ ਤਾਕਤ ਵੱਧਦੀ ਜਾਂਦੀ ਹੈ ਜਿਉਂ ਜਿਉਂ ਅਸੀਂ
ਪੜ੍ਹਦੇ ਜਾਂਦੇ ਹਾਂ ਸਾਡੇ 'ਚ ਹੰਕਾਰ ਅਤੇ ਮਾਣ ਆਉਂਦਾ ਜਾਂਦਾ ਹੈ। ਉਹ ਹੰਕਾਰ ਮਾਣ ਉਹਦੀ ਤਾਕਤ ਹੈ, ਉਹ ਤਾਕਤ ਵੱਧਦੀ ਜਾਂਦੀ ਹੈ। ਕਈ ਵਾਰ ਇਹ ਦੱਸਿਆ ਹੈ ਕਿ ਤਲੀਮ ਵਾਲੇ ਜਿਹੜੇ ਜਗਜੀਤ ਪੰਡਿਤ, ਜਿਸ ਨੇ ਸਾਰੇ ਜਗਤ ਨੂੰ ਆਪਣੀ ਤਲੀਮ ਦੇ ਨਾਲ ਜਿੱਤਿਆ, ਬੜਾ ਹੰਕਾਰੀ ਸੀ ਕਿ ਮੈਂ ਬਹੁਤ ਪੜ੍ਹਿਆ ਲਿਖਿਆ ਹਾਂ, ਮੇਰੇ ਮੁਕਾਬਲੇ ਦਾ ਕੋਈ ਵੀ ਨਹੀਂ ਅਤੇ ਮੇਰੇ ਨਾਲ ਕੋਈ ਮੁਕਾਬਲਾ ਨਹੀਂ ਕਰ ਸਕਦਾ। ਕਿਸੇ ਕਿਹਾ ਕਿ ਕਬੀਰ ਸਾਹਿਬ ਜੀ ਗਰੀਬ ਜੇ ਸਾਧੂ ਨੇ, ਜਾਓ ਤੁਸੀਂ ਉਹਨਾਂ ਨੂੰ ਵੀ ਜਿੱਤ ਕੇ ਲਿਆਓ। ਕਬੀਰ ਸਾਹਿਬ ਦੇ ਪਾਸ ਚਲਾ ਗਿਆ, ਕਹਿਣ ਲੱਗਾ ਕਬੀਰ ਇੱਥੇ ਲਿਖਦੇ ਕਬੀਰ ਹਾਰਿਆ ਅਤੇ ਜਗਜੀਤ ਜਿੱਤਿਆ। ਕਬੀਰ ਸਾਹਿਬ ਜੀ ਕਹਿਣ ਲੱਗੇ ਲਓ ਮਹਾਰਾਜ ਲਿਖਾ ਲਓ, ਅਸੀਂ ਤਾਂ ਅੱਗੇ ਹੀ ਹਾਰੇ ਹਾਂ, ਤੋ ਫਕੀਰ ਦੇ ਅੱਗੇ ਹੀ ਹਾਰੇ ਹੁੰਦੇ ਹੈ। ਉਹ ਕਹਿੰਦੇ ਠੀਕ ਹੈ ਜੀ, ਅਸੀਂ ਹਾਰੇ ਹਾਂ, ਅਸੀਂ ਮਾੜੇ ਹੈ ਜੀ। ਲਿਖ ਦਿੱਤਾ ਕਬੀਰ ਹਾਰਿਆ ਜਗਜੀਤ ਜਿੱਤਿਆ। ਜਦੋਂ ਆਪਣੀ ਸਭਾ ਵਿੱਚ ਜਾ ਕੇ ਦੱਸਿਆ, ਉੱਥੇ ਉਹ ਲਫ਼ਜ਼ ਹੀ ਬਦਲ ਗਏ ਕਿ ਜਗਜੀਤ ਹਾਰਿਆ ਤੋ ਕਬੀਰ ਜਿੱਤਿਆ। ਇਸੇ ਤਰ੍ਹਾਂ ਕਈ ਵਾਰ ਗੁੱਸੇ ਵਿੱਚ ਆ ਕੇ ਉਹਨਾਂ ਪਾਸੋਂ ਲਿਖਾਉਂਦਾ ਰਿਹਾ, ਲੇਕਿਨ ਅੱਗੇ ਲਫ਼ਜ਼ ਜਿਹੜੇ ਸੀ ਬਦਲਦੇ ਰਹੇ ਔਰ ਜਿੱਤ ਕਬੀਰ ਸਾਹਿਬ ਦੀ ਹੋਈ। ਸੰਤਾਂ ਦੀ ਤਲੀਮ ਹੋਰ ਹੈ, ਸਾਡੀ ਦੁਨੀਆ ਦੀ ਤਲੀਮ ਹੋਰ ਹੈ। ਜਿਹੜੀ ਸੰਤਾਂ ਦੀ ਤਲੀਮ ਆ ਬੜੀ ਗੋਝ ਆ, ਉਹਨੂੰ ਸਮਝਣਾ ਬੜਾ ਔਖਾ ਹੈ। ਇਸ ਤਲੀਮ ਦੇ ਵਿੱਚ ਹੰਕਾਰ ਅਤੇ ਮਾਣ ਹੈ। ਜਿਹੜੀ ਸੰਤਾਂ ਦੀ ਤਲੀਮ ਹੈ ਉਹਦੇ ਵਿੱਚ ਹੰਕਾਰ ਅਤੇ ਮਾਣ ਨਹੀਂ, ਉਹਦੇ ਵਿੱਚ ਸ਼ਾਂਤੀ ਹੈ, ਪਿਆਰ ਹੈ, ਦੀਨਤਾ ਔਰ ਗਰੀਬੀ। ਉਹ ਤਲੀਮ ਕੀ ਕਹਿੰਦੀ ਹੈ? ਉਹ ਕਹਿੰਦੀ ਹੈ ਤੂੰ ਕਹੋ ਨਾ ਕਿਸੇ ਨੂੰ ਘੁਆ ਲੈ ਕਿਸੇ ਕੋਲੋਂ, ਤੂੰ ਮਾਰ ਖਾ ਲੈ, ਤੂੰ ਮਾਰ ਨਾ ਤੂੰ ਸੁਖੀ ਰਹੇਗਾ। ਫਰੀਦ ਸਾਹਿਬ ਨੇ ਬਾਣੀ 'ਚ ਫਰਮਾਇਆ, ਫਰੀਦਾ ਬੁਰੇ ਦਾ ਭਲਾ ਕਰ। ਫਰੀਦ ਸਾਹਿਬ ਨੇ ਫਰਮਾਇਆ ਇਹ ਫਰੀਦ, ਜੇ ਕੋਈ ਬੁਰਾ ਤਾਂ ਉਹਦਾ ਭਲਾ ਕਰ। ਕਿਸ ਤਰੀਕੇ ਨਾਲ? ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਾ ਗਾਏ, ਦਹੀਂ ਰੋਗ ਨਾ ਲੱਗ ਸੀ ਪੱਲੇ ਸਭ ਕੁਛ ਪਏ। ਐ ਫਰੀਦ ਜੇ ਤੇਰੇ ਨਾਲ ਕੋਈ ਬੁਰਾ ਕਰਦਾ ਤੂੰ ਉਹਦਾ ਭਲਾ ਕਰ, ਤੂੰ ਗੁੱਸਾ ਨਾ ਮਨ 'ਚ ਲਿਆ। ਜੇ ਤੂੰ ਗੁੱਸਾ ਲਿਆਏਗਾ ਤੂੰ ਵੀ ਅੱਗੋਂ ਕੁਛ ਕਹੇਗਾ, ਹੋਰ ਗੱਲ ਵਾਧਾ ਵਧੇਗਾ, ਫਿਰ ਤੇਰੀ ਦਹੀਂ ਨੂੰ ਰੋਗ ਲੱਗ ਜਾਏਗਾ, ਤੇਰੇ ਪੱਲੇ ਕੁਛ ਨਹੀਂ ਰਹੇਗਾ। ਪਰ ਜਦ ਤੇਰੇ ਵਿੱਚ ਅਧੀਨਤਾ ਔਰ ਗਰੀਬੀ ਅਤੇ ਪਿਆਰ ਰਹੇਗਾ ਤੇਰੇ ਪੱਲੇ ਸਭ ਕੁਛ ਰਹੇਗਾ ਅਤੇ ਅਗਲੇ ਦਾ ਵੀ ਭਲਾ ਹੋ ਜਾਏਗਾ। ਇਹ ਲਾਈਨ ਜਿਹੜੀ ਹੈ ਫਕੀਰਾਂ ਦੀ ਲਾਈਨ ਹੋਰ ਹੈ, ਦੁਨੀਆ ਦੀ ਲਾਈਨ ਹੋਰ ਹੈ। ਇੱਥੇ ਬੜੇ ਬੜੇ ਫਕੀਰ ਕਾਬਲ ਆਏ ਜਿਹੜੇ ਸਭ ਕੁਛ ਕਰ ਸਕਦੇ ਸੀ। ਕਿਆ ਪੰਜਵੀਂ ਪਾਤਸ਼ਾਹੀ ਗੁਰੂ ਸਾਹਿਬ ਜੀ ਨੂੰ ਤਵਿਆਂ 'ਤੇ ਸੱਤਿਆਂ ਤਵਿਆਂ 'ਤੇ ਬਿਠਾਇਆ ਔਰ ਸੱਤੀਆਂ ਰੇਤਾਂ ਪਾਈਆਂ, ਕਿਆ ਉਹ ਕੁਛ ਨਹੀਂ ਸੀ ਕਰ ਸਕਦੇ? ਜੇ ਇੱਕ ਸਿੱਖ ਕਹਿੰਦਾ ਸੀ ਕਿ ਮੈਨੂੰ ਹੁਕਮ ਦਿਓ ਮੈਂ ਇੱਟ ਨਾਲ ਇੱਟ ਵਜਾ ਦਿੰਦਾ ਹਾਂ, ਹੁਣੇ ਤੀ ਕਿਆ ਗੁਰੂ ਨਹੀਂ ਹੀ ਕੁਛ ਕਰ ਸਕਦਾ? ਲੇਕਿਨ ਉਹ ਜਿਹੜਾ ਉਹ ਤਲੀਮ ਇਜਾਜ਼ਤ ਨਹੀਂ ਦਿੰਦੀ, ਉਹ ਤਲੀਮ ਜਿਹੜੀ ਉਹ ਲਾ ਜਿਹੜਾ ਹੈ ਉਹ ਇਜਾਜ਼ਤ ਨਹੀਂ ਦਿੰਦਾ ਕਿ ਤੂੰ ਇਸ ਤਰ੍ਹਾਂ ਕਰ। ਕਰ ਸਭ ਕੁਛ ਸਕਦੇ ਸੀ, ਜਿਹਨਾਂ ਨੇ ਸੀਸ ਕਟਾ ਲਿਆ ਕਿਆ ਉਹ ਸੀਸ ਰੱਖ ਨਹੀਂ ਸੀ ਸਕਦੇ? ਉਹ ਬਦਲ ਨਹੀਂ ਸੀ ਸਕਦੇ ਕੁਝ? ਲੇਕਿਨ ਉਹ ਤਲੀਮ ਐਸੀ ਹੈ ਕਿ ਉਹਦੇ ਵਿੱਚ ਹੰਕਾਰ ਨਹੀਂ, ਉੱਥੇ ਦੀਨਤਾ ਦੀ ਲੋੜ ਹੈ, ਗਰੀਬੀ ਦੀ ਪਿਆਰ ਦੀ ਜ਼ਰੂਰਤ ਹੈ। ਜਿਉਂ ਜਿਉਂ ਡਾਲੀ ਪੱਗ ਪਰੇ ਤਿਉਂ ਤਿਉਂ ਨੀਵੀਂ ਹੋ, ਜਿਸ ਨੂੰ ਰਾਮ ਨਾਮ ਦਾ ਫਲ ਲੱਗਦਾ ਹੈ ਉਸ ਨੂੰ ਦੀਨਤਾ ਔਰ ਗਰੀਬੀ ਵਿੱਚ ਆਉਣਾ ਹੀ ਪੈਂਦਾ। ਜਿਸ ਨੂੰ ਰਾਮ ਨਾਮ ਦਾ ਫਲ ਨਹੀਂ ਲੱਗੇਗਾ ਉਹ ਡਾਲੀ ਜਿਹੜੀ ਆਕੜੀ ਰਹਿੰਦੀ ਹੈਗੀ ਹੈ, ਹੰਕਾਰ ਅਤੇ ਮਾਣ ਵਿੱਚ ਰਹਿੰਦੀ ਹੈਗੀ। ਜਿਹਨੂੰ ਰਾਮ ਨਾਮ ਦਾ ਫਲ ਲੱਗੇਗਾ ਉਸ ਨੂੰ ਹਮੇਸ਼ਾ ਹੀ ਨੀਵੇਂ ਹੋਣਾ ਪਏਗਾ। ਜਿਸ ਤਰ੍ਹਾਂ ਦਰੱਖਤਾਂ ਦੀਆਂ ਡਾਲੀਆਂ ਨੂੰ ਫਲ ਲੱਗਦਾ ਹੈ ਉਹ ਹਮੇਸ਼ਾ ਨੀਵੀਆਂ ਹੁੰਦੀਆਂ ਨੇ, ਜ਼ਮੀਨ ਤੱਕ ਉਹ ਚੁੱਕ ਜਾਂਦੀਆਂ ਨੇ। ਜੋ ਤਲੀਮ ਦੇ ਬਾਰੇ ਹਜ਼ਰਤ ਬਹੁ ਸਾਹਿਬ ਜੀ ਫਰਮਾ ਰਹੇ ਹੈ ਕਿ ਪੜ੍ਹ ਪੜ੍ਹ ਕੇ ਤੁਹਾਨੂੰ ਫਾਜ਼ਲ ਬਣ ਗਿਆ, ਮਾਇਆ ਦਾ
ਚਾਲਕ ਬਣ ਗਿਆ। ਔਰ ਲੱਖਾਂ ਹਜ਼ਾਰਾਂ ਤੁਸੀਂ ਕਿਤਾਬਾਂ ਪੜ੍ਹ ਲਓ, ਉਹ ਸਾਡੇ ਅੰਦਰ ਜਿਹੜਾ ਚੋਰ ਬੈਠਾ ਹੈ ਨਫਸ ਮੁਸਲਮਾਨਾਂ ਨੇ, ਉਸ ਮਾਨ ਨੂੰ ਨਫਸ